ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਲਈ 266 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ। ਪਾਸਪੋਰਟ ਅੱਜ SGPC ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਦੇ ਦਿੱਤੇ ਨੇ। ਇਹ ਜੱਥਾ 21 ਜੂਨ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਣਾ ਹੈ। SGPC ਯਾਤਰਾ ਬ੍ਰਾਂਚ ਇੰਚਾਰਜ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਅਤੇ ਉੱਥੇ ਸਥਿਤ ਹੋਰ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ 270 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਦੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 266 ਨੂੰ ਵੀਜ਼ੇ ਪ੍ਰਾਪਤ ਹੋਏ ਨੇ। ਉਹਨਾਂ ਨੇ ਪਾਸਪੋਰਟ ਅੱਜ ਸ਼ਰਧਾਲੂਆਂ ਨੂੰ ਦੇ ਦਿੱਤੇ ਨੇ। ਉਹਨਾਂ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 11 ਸ਼ਰਧਾਲੂਆਂ ਦੇ ਨਾਂ ਕੱਟ ਦਿੱਤੇ ਗਏ ਨੇ। ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨਕੇ ਨੇ ਕਿਹਾ ਕਿ ਜੱਥਾ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਏਗਾ, ਜੋ 30 ਜੂਨ ਨੂੰ ਦੇਸ਼ ਵਾਪਸ ਪਰਤੇਗਾ। ਇਸ ਦੌਰਾਨ ਪਾਕਿਸਤਾਨ ਵਿਖੇ ਯਾਤਰਾ ਕਰਨ ਜਾ ਰਹੇ ਸ਼ਰਧਾਲੂਆਂ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਉਹਨਾਂ ਲਈ ਹੈ ਕਿ ਉਹ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਉੱਥੇ ਜਾ ਰਹੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 21 ਜੂਨ ਨੂੰ ਜਥਾ ਜਾਏਗਾ ਅਤੇ 29 ਜੂਨ ਨੂੰ ਬਰਸੀ ਮਨਾਉਣ ਉਪਰੰਤ 30 ਜੂਨ ਨੂੰ ਜਥਾ ਜਿਹੜਾ ਵਾਪਸ ਆਏਗਾ। ਇਸ ਜਥੇ ਦੇ ਵਿੱਚ ਜਾਣ ਵਾਲੇ ਯਾਤਰੂ ਜਿਹੜੇ ਨੇ 277 ਅਸੀਂ ਪਾਸਪੋਰਟ ਭੇਜੇ ਸੀਗੇ, ਉਹਦੇ ਵਿੱਚੋਂ 266 ਵੀਜ਼ੇ ਸਾਨੂੰ ਜਿਹੜੇ ਪ੍ਰਾਪਤ ਹੋਏ ਨੇ ਅਤੇ 11 ਵੀਜ਼ੇ ਜਿਹੜੇ ਉਹ ਕੈਂਸਲ ਹੋਏ ਨੇ। ਜਥਾ ਜਿਹੜਾ ਸਵੇਰੇ 8 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚੋਂ 21 ਤਰੀਕ ਨੂੰ ਸਵੇਰੇ ਜਾਏਗਾ ਜੀ। ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਜਥਾ ਜਿਹੜਾ ਵਾਪਸ ਭਾਰਤ ਪਰਤੇਗਾ ਜੀ। ਵਾਸਤੇ ਅਸੀਂ ਪਾਕਿਸਤਾਨ ਸਰਕਾਰ ਨੂੰ ਪੁੱਛਿਆ ਸੀ, ਲੇਕਿਨ ਉਹਨਾਂ ਨੇ ਕੋਈ ਇੰਸਟਰਕਸ਼ਨ ਨਹੀਂ ਦਿੱਤੀ ਸਾਨੂੰ। ਜਿਹੜੇ ਯਾਤਰੀ ਜਾ ਰਹੇ ਉਹਨਾਂ ਨੂੰ ਕੋਵਿਡ ਟੈਸਟ ਦੀ ਉਹਨਾਂ ਨੇ ਕਿਹਾ ਜ਼ਰੂਰਤ ਨਹੀਂ ਹੈ, ਲੇਕਿਨ ਉਹਦੇ ਜਿਹੜੇ ਆਪਣਾ ਟੀਕੇਟ ਉਹਨਾਂ ਦੇ ਉਹਦੇ ਸਰਟੀਫਿਕੇਟ ਜਿਹੜੇ ਉਹ ਜ਼ਰੂਰੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਮਿਤੀ 21 ਜੂਨ ਨੂੰ ਦਰਬਾਰ ਸਾਹਿਬ ਵਿਖੋਂ ਜਥਾ ਜਿਹੜਾ ਹੈ ਪਾਕਿਸਤਾਨ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਉੱਤੇ ਪਹੁੰਚਣ ਵਾਸਤੇ ਜਾ ਰਿਹਾ ਹੈਗਾ। ਇਸ ਸੰਬੰਧ ਵਿੱਚ 495 ਪਤਾ ਲੱਗਿਆ ਵੀ ਸ਼ਰਧਾਲੂ ਨੇ ਜਿਹੜੇ ਉਹਨਾਂ ਦਾ ਵੀਜ਼ਾ ਲੱਗਿਆ, ਜਿਹਦੇ ਵਿੱਚ 10 ਦਾ ਹੀ ਵੀਜ਼ਾ ਲੱਗਿਆ, ਅਤੇ ਉੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਅਤੇ ਜਿਹੜਾ ਹੈਗਾ ਇਕੱਠ ਵੱਖ ਹੋਊਗਾ, ਉਸ 'ਚ ਜਾ ਕੇ ਅਸੀਂ ਸ਼ਾਮਿਲ ਹੋ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਜਿਸ ਨੇ ਧਰਮ ਨਿਰਪੱਖਤਾ ਦੀ ਗੱਲ ਕੀਤੀ ਰਾਜ ਭਾਗ ਦੌਰਾਨ, ਜਿਨ੍ਹਾਂ ਨੇ ਲੋਕਾਂ ਨੂੰ ਠੀਕ ਇਨਸਾਫ ਦਿੱਤਾ, ਸਭੇ ਸਾਂਝੀਵਾਲ ਸਦੈਣ ਦਾ ਹੋਕਾ ਦੇ ਕੇ ਲੋਕਾਂ ਨੂੰ ਇਨਸਾਫ ਦਾ ਰਾਜ ਦਿੱਤਾ, ਉਸ ਮਹਾਰਾਜਾ ਜੀ ਦਾ ਜਿਹੜੀ ਬਰਸੀ ਹੈ ਉਸ ਦੇ ਉੱਤੇ ਅਸੀਂ ਉਹਦੇ ਵਿੱਚ ਭਾਗ ਲੈਣ ਲਈ ਅਸੀਂ ਪਹੁੰਚ ਰਹੇ ਹਾਂ। ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਸ ਬਰਸੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਬਰਸੀ ਵਿੱਚ ਜਿਸ ਨੇ ਹਿੰਦੁਸਤਾਨ ਦੇ ਲੋਕਾਂ ਦੀ ਵੱਡੀ ਪੱਧਰ 'ਤੇ ਰਾਖੀ ਕੀਤੀ। ਅੱਜ ਇਰਾਨ ਅਫਗਾਨਿਸਤਾਨ ਕੰਨਿਓਂ ਜੋ ਹਮਲੇ ਹਿੰਦੁਸਤਾਨੀ ਲੋਕਾਂ ਉੱਤੇ ਹੁੰਦੇ ਸੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ, ਉਹ ਜੇ ਅੱਜ ਬੰਦ ਨਗੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਆਉਣ ਕਰਕੇ ਹੀ ਬੰਦ ਹੋਏਗੇ ਉਹ ਹਮਲੇ ਸੀ ਜਿਹੜੇ ਵੀਰਾ ਇਹ ਜੀ। ਅਸੀਂ 21 ਤਰੀਕ ਨੂੰ ਇੱਥੋਂ ਰਵਾਨਗੀ ਪਾਉਣੀ ਹੈਗੀ ਅਤੇ 30 ਤਰੀਕ ਨੂੰ ਵਾਪਸੀ ਹੈ ਸਾਡੀ। ਅਤੇ ਪਹਿਲਾਂ ਮਤਲਬ ਲਾਹੌਰ ਜਾਣਾ ਪਏਗਾ ਜੀ, ਅਤੇ ਉਸ ਤੋਂ ਬਾਅਦ ਨਨਕਾਣਾ ਸਾਹਿਬ ਜੀ, ਫਿਰ ਮਤਲਬ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਅਤੇ ਵਾਪਸੀ ਫਿਰ ਲਾਹੌਰ ਵਿਖੇ ਜਿੱਥੇ 27 ਜੂਨ ਨੂੰ ਬਰਸੀ ਮਨਾਈ ਜਾਣੀ ਹੈ ਉਸੇ ਸਥਾਨ 'ਤੇ ਅਸੀਂ ਵਾਪਸ ਪਹੁੰਚਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਮਾਸਟਰ ਖੇਤਾ ਸਿੰਘ ਜੀ, ਔਰ ਅਸੀਂ ਮਤਲਬ ਯਾਤਰਾ 'ਤੇ ਜਾ ਰਹੇ ਹਾਂ ਪਾਕਿਸਤਾਨ ਦੀ ਯਾਤਰਾ ਦੇ ਉੱਤੇ। 21 ਤਾਰੀਖ ਨੂੰ ਇੱਥੋਂ ਚੱਲਣਾ ਔਰ 30 ਤਾਰੀਖ ਨੂੰ ਅਸੀਂ ਵਾਪਸ ਆਉਣਾ, ਅਤੇ ਉਸ ਦੌਰਾਨ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਕਿ ਧਰਮ ਨਿਰਪੱਖਤਾ, ਸਾਂਝੀਵਾਲਤਾ ਔਰ ਭਾਈਚਾਰਕ ਸਾਂਝ ਦਾ ਜਿਹੜਾ ਸੁਨੇਹਾ ਸਾਨੂੰ ਦਿੱਤਾ ਹੈ, ਉਹਨਾਂ ਦੇ ਮਤਲਬ ਸਥਾਨ ਦੇ ਉੱਤੇ ਜਾ ਕੇ ਦਰਸ਼ਨ ਕਰਨ ਲਾਹੌਰ ਜਾ ਰਹੇ ਹਾਂ ਅਸੀਂ। ਔਰ ਮਹਾਰਾਜਾ ਰਣਜੀਤ ਸਿੰਘ ਦੀ ਬਾਰੇ ਇੱਕ ਗੱਲ ਜਿਹੜੀ ਹੈ ਉਹ ਸਾਨੂੰ ਬੜਾ ਮਾਣ ਹੈ ਪੰਜਾਬੀਆਂ ਨੂੰ ਇਸ ਗੱਲ ਦੇ ਉੱਤੇ ਕਹਾ ਕਿ ਉਹਨਾਂ ਨੇ ਦਰਰਾ ਖੈਬਰ ਜਿੱਥੋਂ ਹਮੇਸ਼ਾ ਹੀ ਪੰਜਾਬ ਮਤਲਬ ਬਾਹਰਲੇ ਮੁਲਕਾਂ ਦੇ ਜਿਹੜੇ ਹਾਕਮ ਸੀ ਉਹ ਆ ਕੇ ਸਾਡੇ 'ਤੇ ਹਮਲਾ ਕਰਦੇ ਰਹੇ, ਦਰਰਾ ਖੈਬਰ ਦਾ ਰਸਤਾ ਉਹਨਾਂ ਨੇ ਬੰਦ ਕੀਤਾ ਔਰ ਉਸ ਤੋਂ ਬਾਅਦ
मतलब जड़ा है हिम्मत नहीं पई किसी की भी कि इस रास्ते ते आके हिंदुस्तान दे हमला करन। सो असी साडा जी 21 तारीख नूं असीं जाणा, 30 तारीख नूं असीं लाहौर वापस आ जाणा, और असी गुरधामां दे विच करतारपुर साहब जावांगे, पंजा साहब जावांगे, ननकाणा साहब जावांगे, ते होर जिथे भी मौका सानूं मिलिया असी दर्शन करन करांगे। अमृतसर तो हरिंदर सिंह दी रिपोर्ट। वधेरे खबरां लई तुसीं देखदे रहो अजीत वैब टीवी। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत, ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल टीवी दे उत्ते भी वेख सकदे हो, ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।